ਹਾਂਜੀ, ਜਿੱਦਾਂ ਪਹਿਲੇ ਪਾਰਟ 'ਚ ਦਿਖਾਇਆ ਤੁਹਾਨੂੰ, ਮੈਂ ਟਿਕਟ ਲੈਣ ਲੱਗਿਆ ਸੀ ਅਤੇ ਆਪਾਂ ਟਿਕਟ ਲੈ ਲਈ ਆ, ਅਤੇ ਆਪਾਂ ਹੁਣ ਚੱਲਦੇ ਹਾਂ ਅੰਦਰ ਅਤੇ ਦਿਖਾਉਂਦੇ ਹਾਂ ਤੁਹਾਨੂੰ ਸਾਗ ਤਾਪ ਕੀ ਆ। ਸਹੀ ਆ ਨਾ ਜੀ, ਮੌਸਮ ਜਦ ਤੋਂ ਹੋਇਆ ਵੈਸੇ ਤਾਂ ਹੁਣ ਧੁੱਪ ਵੀ ਹਟ ਗਈ ਆ, ਠੰਡਾ ਜਿਹਾ ਮੌਸਮ ਹੋ ਗਿਆ।
ਲਓ ਜੀ ਆਪਣਾ ਅੰਦਰਲਾ ਟੂਰ ਖਤਮ ਹੋ ਗਿਆ ਵਾ ਅਤੇ ਆਪਾਂ ਹੁਣ ਆ ਗਏ ਬਾਹਰ ਬਾਹਰ ਆ ਗਏ ਅਤੇ ਚੱਲਦੇ ਹਾਂ ਬਹੁਤ ਨਜ਼ਾਰੇ ਉਹ ਤਾਹਾਂ ਵੀ ਆਉਂਦੇ ਆ ਮੇਰੇ ਖਿਆਲ ਨਾਲ ਤਾਂ ਉਹ ਤਾਹਾਂ ਵਾਲਾ ਆਪਣਾ ਟ੍ਰਿਪ ਰਹਿ ਗਿਆ ਕਿਸੇ ਦਿਨ ਹੋਰ ਆਪਾਂ ਤਾਹਾਂ ਚੱਲਾਂਗੇ ਮੈਨੂੰ ਟਿਕਟ ਦਾ ਨਹੀਂ ਪਤਾ ਸੀ ਵੀ ਟਿਕਟ ਤਾਂ ਕੀ ਸਕਦਾ ਵਾ ਮੈਂ ਨਾ ਥੱਲੇ ਵਾਲੇ ਹਾਲ ਦੀ ਟਿਕਟ ਲੈਤੀ ਸੀ ਮੈਂ ਨੈਕਸਟ ਵੀਡੀਓ 'ਚ ਆਪਾਂ ਦਿਖਾਵਾਂਗੇ ਉੱਪਰਲਾ ਉੱਪਰਲਾ ਕੀ ਸਿਸਟਮ ਆਹੀ ਹੈ ਡੋਰ ਦੇਖੋ ਬੜਾ ਤਗੜਾ ਬਣਾਇਆ ਦੇਖੋ ਜੀ ਕਿੰਨਾ ਵਧੀਆ ਵਿਊ ਆ ਕਿੰਨਾ ਸੋਹਣਾ ਲੱਗਦਾ ਦੇਖ ਨਜ਼ਾਰੇ ਬਣੇ ਹੋਏ ਇਹ ਮਿਊਜ਼ੀਅਮ ਦੇ ਸਾਹਮਣੇ ਵਾਲਾ ਏਰੀਆ ਵਾ ਅਤੇ ਆਪਾਂ ਦੇਖੋ ਅਤੇ ਆਹ ਪਾਰਕ ਆ ਜੀ ਮੂਹਰੇ ਆ ਜਾਂਦੀ ਆ ਪਾਰਕ ਦੇ ਪਰਲੇ ਸਾਈਡ ਨਦੀ ਆ ਜਾਂਦੀ ਆ ਇੱਕ ਕਾਫੀ ਬੜੀ ਆ ਹਾਂਜੀ ਅਤੇ ਮੈਨੂੰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਅੰਦਰ ਜਿੰਨਾ ਵੀ ਤੁਹਾਨੂੰ ਦਿਖਾਇਆ ਵਾ ਅਤੇ ਤੁਹਾਨੂੰ ਕਿੱਦਾਂ ਦਾ ਵਿਊ ਲੱਗਿਆ ਅਤੇ ਅੰਦਰ ਨਾ ਆਪਾਂ ਵੀਡੀਓ ਬਣਾਉਂਦੇ ਵੀਡੀਓ ਬਣਾ ਸਕਦੇ ਹਾਂ ਫੋਟੋਆਂ ਕਲਿੱਕ ਕਰ ਸਕਦੇ ਹਾਂ ਜਿੱਦਾਂ ਵੀ ਤੁਸੀਂ ਕਰ ਸਕਦੇ ਹੋ ਤੁਹਾਡੀ ਇੱਛਾ ਵਾ ਮਤਲਬ ਕਿ ਅੰਦਰ ਬੋਲ ਨਹੀਂ ਸਕਦੇ ਹੈਗੇ ਬਸ ਇੰਨਾ ਕੀ ਹੈ ਤਾਂ ਮੈਂ ਅੰਦਰ ਬੋਲਿਆ ਨਹੀਂ ਹੈਗਾ ਅਤੇ ਬਾਕੀ ਅੰਦਰ ਬਹੁਤ ਜ਼ਿਆਦਾ ਵਧੀਆ ਬਣਾਇਆ ਹੋਇਆ ਜੋ ਵੀ ਉਹਨਾਂ ਨੇ ਕੁਛ ਬਣਾਇਆ ਵਾ ਮਤਲਬ ਕਿ ਮੈਂ ਕਹਿੰਦਾ ਮੈਂ ਪਤਾ ਨਹੀਂ ਮੈਂ ਕੀ ਬੋਲਾਂ ਅੰਦਰ ਬਹੁਤ ਜ਼ਿਆਦਾ ਵਧੀਆ ਸੀ ਐਂਡ ਹੀ ਕੰਮ ਰੱਖਿਆ ਸੀ ਕਰਕੇ ਪੂਰਾ ਬਾਕੀ ਆਪਾਂ ਕਿਸੇ ਦਿਨ ਉਹ ਤਾਹਾਂ ਜਾਵਾਂਗੇ ਅਤੇ ਆਪਾਂ ਹੁਣ ਚੱਲਦੇ ਹਾਂ ਘਰ ਅਤੇ ਦੇਖਦੇ ਹਾਂ ਕੀ ਸਿਸਟਮ ਆ ਬਾਕੀ ਮੈਨੂੰ ਤਾਂ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਅਤੇ ਕਮੈਂਟ ਵਿੱਚ ਕਰਕੇ ਦੱਸਿਓ ਕਮੈਂਟ ਕਰਿਓ ਦੱਸਿਓ ਵੀ ਕਿਹਨੂੰ ਕੀ ਚੰਗਾ ਲੱਗਿਆ ਅਤੇ ਸਪੋਰਟ ਕਰੋ ਮੇਰਾ ਭਰਾ ਵੱਧ ਤੋਂ ਵੱਧ ਮੇਰੇ ਭੈਣਾਂ ਅਤੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਵਧੀਆ ਤੋਂ ਵਧੀਆ ਇੱਦਾਂ ਦੇ ਇਹ ਤੋਂ ਵਧੀਆ ਵਧੀਆ ਮਿਊਜ਼ੀਅਮ ਆਪਾਂ ਘੁੰਮਾਂਗੇ ਹੋਰ ਅਤੇ ਤੁਹਾਨੂੰ ਦਿਖਾਵਾਂਗੇ ਅਤੇ ਤੁਸੀਂ ਵੀ ਦੇਖੋ ਅਤੇ ਤੁਸੀਂ ਵੀ ਇੱਥੇ ਆਓ ਅਤੇ ਆਪਾਂ ਇਹ ਟਰੈਵਲ ਇੱਥੇ ਜਿਹੜੇ ਟਰੈਵਲਿੰਗ ਕਰਨ ਆਉਂਦੇ ਆ ਉਹ ਆਉਂਦੇ ਆ ਘੁੰਮ ਫਿਰ ਕੇ ਬਸ ਗਲੀਆਂ ਬੀਹਾਂ ਘੁੰਮਦੇ ਨੇ ਨਦੀਆਂ ਘੁੰਮਦੇ ਨੇ ਅਤੇ ਉਹ ਮਤਲਬ ਕਿ ਇੱਦਾਂ ਦੇ ਜਿਹੜੇ ਅੰਦਰਲੇ ਨਜ਼ਾਰੇ ਨੇ ਉਹ ਨਹੀਂ ਨਾ ਦਿਖਾਉਂਦੇ ਹੈਗੇ ਅਸਲ 'ਚ ਦੇਖਣਾ ਤਾਂ ਅੰਦਰ ਵੀ ਇਹਦਾ ਮਿਊਜ਼ੀਅਮ ਦੇਖਣਾ ਪੂਰਾ ਤਕੜਾ ਕੀ ਵਿਊ ਆ ਦੇਖੋ ਆਹ ਮਿਊਜ਼ੀਅਮ ਸੀ ਆਪਣਾ ਆਪਾਂ ਅੱਜ ਇਹ 'ਚ ਟਰੈਵਲਿੰਗ ਕੀਤੀ ਆ ਮਤਲਬ ਕਿ ਆਪਾਂ ਦੇਖਿਆ ਅੰਦਰ ਕੀ ਹਿਸਾਬ ਕਿਤਾਬ ਆ ਇਹਨਾਂ ਦਾ ਇਤਿਹਾਸ ਦੇਖਿਆ ਮਤਲਬ ਕਿ ਬਹੁਤ ਵਧੀਆ ਵਾ ਅੰਦਰ ਅੰਦਰ ਸਾਰਾ ਤਾਂ ਹੈ ਮਤਲਬ ਕਿ ਕ੍ਰਿਸ਼ਚਨ ਧਰਮ ਆ ਅਤੇ ਉਹਦੇ ਬਾਰੇ ਹੀ ਆ ਪਰ ਬਣਾਇਆ ਬਹੁਤ ਵਧੀਆ ਹੋਇਆ ਵਾ ਮੈਨੂੰ ਇਹੀ ਚੀਜ਼ ਨਹੀਂ ਬਹੁਤ ਲੱਗੀ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਐਨ ਇਕੱਲੇ ਇਕੱਲੇ ਚੀਜ਼ ਟਿਕਾ ਕੇ ਰੱਖੀ ਬਾਕੀ ਜਿਹੜਾ ਨਾ ਉੱਪਰ ਮਤਲਬ ਕਿ ਕੰਧਾਂ 'ਤੇ ਚੀਜ਼ਾਂ ਪੇਂਟਿੰਗ ਕੀਤੀ ਹੋਈ ਸੀ ਜਾਂ ਪੇਂਟਿੰਗ ਅਗਰ ਕਿੰਨੀ ਵਧੀਆ ਤਰੀਕੇ ਨਾਲ ਕੀਤੀ ਹੋਈ ਆ ਉਹਨਾਂ ਨੇ ਸਾਰਾ ਮਤਲਬ ਕਿ ਇੱਕ LED ਲਾਈ ਆ ਉਹ 'ਚ ਉਹਨੇ ਸਾਰਾ ਕੁਝ ਦਿਖਾਇਆ ਹੋਇਆ ਐਕਸਪਲੇਨ ਕੀਤਾ ਹੋਇਆ ਵਾ ਵੀ ਇਹ ਕਦੋਂ ਤੋਂ ਅਸੀਂ ਤਿਆਰ ਕਰਨ ਲੱਗੇ ਹੋਏ ਹਾਂ ਟੋਟਲ ਇਹ ਮਿਊਜ਼ੀਅਮ ਕਦੋਂ ਤੋਂ ਬਣ ਲੱਗਿਆ ਹੋਇਆ ਵਾ ਵੀ ਉਹ ਸਾਰਾ ਕੁਛ ਉਹਨਾਂ ਨੇ ਉਹ 'ਚ ਦੱਸਿਆ ਹੋਇਆ ਵਾ ਤੁਸੀਂ ਕਿ ਆਓ ਅਤੇ ਇੱਥੇ ਆਓ ਅਤੇ ਪੂਰਾ ਘੁੰਮੋ ਇੱਥੇ ਤਾਂ ਬਹੁਤ ਵਧੀਆ ਵਧੀਆ ਮਿਊਜ਼ੀਅਮ ਤੁਹਾਨੂੰ ਅੱਜ ਆਹ ਦਿਖਾਇਆ ਵਾ ਅਤੇ ਅਗਲੀ ਵੀਡੀਓ 'ਚ ਤੁਹਾਨੂੰ ਮੈਂ ਇੱਕ ਹੋਰ ਮਿਊਜ਼ੀਅਮ ਦਿਖਾਊਂਗਾ ਪੈਲਸ ਇੱਥੇ ਇੱਕ ਪੈਲਸ ਆ ਮੈਂ ਉੱਥੇ ਤੁਹਾਨੂੰ ਲੈ ਕੇ ਚੱਲੂੰਗਾ ਅਤੇ ਉਹ ਦਿਖਾਊਂਗਾ ਤੁਹਾਨੂੰ ਉਹਦਾ ਕੀ ਹਿਸਾਬ ਕਿਤਾਬ ਆ ਠੀਕ ਹੈ ਜੀ ਅਤੇ ਵਧੀਆ ਬਈ ਆਪਣੀ ਮਤਲਬ ਕਿ ਸੀਰੀਜ਼ ਅੱਜ ਤੋਂ ਸਟਾਰਟ ਹੁੰਦੀ ਆ ਮਿਊਜ਼ੀਅਮ ਸੈਂਟ ਪੀਟਰਬਰਗ ਦੇ ਜਿੰਨੇ ਵੀ ਮਿਊਜ਼ੀਅਮ ਆ ਆਪਾਂ ਸਾਰੇ ਘੁੰਮਾਂਗੇ ਪਹਿਲਾਂ ਛੋਟਾ ਵਾ ਪਹਿਲਾਂ ਵੱਡਾ ਵਾ ਠੀਕ ਹੈ ਜੀ ਅਤੇ ਨਾਲੇ ਸਾਰੇ ਹੈ ਬਜਟ ਦੇ ਵਿੱਚ ਹੀ ਆ ਕੋਈ ਇੱਦਾਂ ਨਹੀਂ ਕਿਸੇ ਦੀ ਕੋਈ ਜ਼ਿਆਦਾ ਮਤਲਬ ਕਿ ਪਤਾ ਨਹੀਂ ਟਿਕਟ ਕਿੰਨੀ ਆਪਾਂ ਅੰਦਰ ਜਾ ਹੀ ਨਹੀਂ ਸਕਦੇ ਨੋਰਮਲ ਜੀ ਟਿਕਟ ਆ ਸਾਰੇ ਅਫੋਰਡ ਕਰ ਸਕਦੇ ਆ ਅਤੇ ਮੇਰਾ ਦੱਸਿਓ ਸਾਰੇ ਕਮੈਂਟ ਕਰਕੇ ਕਿਸ ਨੂੰ ਕਿਹੜੀ ਚੀਜ਼ ਵਧੀਆ ਲੱਗੀ ਆ ਅਤੇ ਆਪਾਂ ਫਿਰ ਹੋਰ ਤੁਹਾਨੂੰ ਵਧੀਆ ਵਧੀਆ ਵਿਊ ਦਿਖਾਵਾਂਗੇ ਅੱਗੇ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਅਤੇ ਆਪਾਂ ਹੁਣ ਜ਼ਿਆਦਾ ਲੰਬੀ ਵੀਡੀਓ ਨਹੀਂ ਖਿੱਚਾਂਗੇ ਅਤੇ ਇੱਥੇ ਹੀ ਵੀਡੀਓ ਖਤਮ ਕਰਾਂਗੇ ਫਿਰ ਮਿਲਾਂਗੇ ਤੁਹਾਨੂੰ ਇੱਕ ਵਧੀਆ ਬਲੌਗ ਦੇ ਨਾਲ ਨੈਕਸਟ ਵੀਡੀਓ 'ਚ ਗੁੱਡ ਬਾਏ